इदा नहीं कहना चाहिए कि न्यू दिलजीत या न्यू कोई भी चीज़ इदा नहीं कहनी चाहिए। शिंदा शिंदा है वो आने वाला टाइम सारा उदा ही है। सो ऑलरेडी बहुत प्रिपेयर आ जो असी मैं लगा असी वो उम्र के सके तो नड़ी गुंजनी नहीं सी होनी है ना। सिंगल सिंगल शॉट छोटे बच्चे तो तुम एक्ट करवाना बहुत बहुत मुश्किल होंगे बट उन्होंने पेरेंट्स भी सैट से कई बार बच्चा रोन लग पाता दैन फिर नींद आ जाती है दैन माँ तो माँ है वो बच्चा रोंदा देख के चाहे थोड़ा शॉट जो मर्जी है ओबियसली है ना। सो ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਹੁਤ ਟਫ ਸੀਗੀਆਂ। ਤੁਸੀਂ ਰੀਅਲ ਲਾਈਫ 'ਚ ਬਹੁਤ ਸ਼ਰਾਰਤੀ ਸੁਭਾਅ ਦੇ ਆ ਅਤੇ ਸੈੱਟ 'ਤੇ ਹੋਰ ਕਿਹੜਾ ਇੱਦਾਂ ਦਾ ਸ਼ਖਸ ਸੀ ਜਿਹੜਾ ਤੁਹਾਡੇ ਫਨ ਪਾਰਟਨਰ ਸੀ? ਦਿਲਜੀਤ ਥਿੰਡ ਪ੍ਰੋਡਿਊਸਰ ਨੇ ਦਿਲਜੀਤ ਥਿੰਡ ਉਹਨਾਂ ਨੇ ਮੈਨੂੰ ਲਾਈਕ ਬਹੁਤ ਉਹ ਕਰਕੇ ਰੱਖਿਆ ਪ੍ਰੋਟੈਕਟ ਕੀਤਾ ਐਂਡ ਜਦੋਂ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਕਿਤੇ ਗਲਤ ਜਾ ਰਹੀ ਹਾਂ ਕਿ ਕਿਹੜੇ ਬੰਦੇ ਨਾਲ ਗੱਲ ਕਿਉਂਕਿ ਮੇਰੀ ਨੇਚਰ ਆ ਮੈਂ ਸਾਰਿਆਂ ਨੂੰ ਇਕੁਅਲੀ ਸਮਝਦੀ ਹਾਂ ਕਿ ਆਹ ਵੀ ਇੰਨਾ ਵੀ ਗੱਲ ਕਰ ਲਾਂ ਇੰਨਾ ਵੀ ਕਿਉਂਕਿ ਮੇਰਾ ਇੱਦਾਂ ਦਾ ਨੇਚਰ ਆ ਮੈਂ ਕਿਸੇ ਨੂੰ ਦੇਖਦੀ ਨਹੀਂ ਹਾਂ ਮੈਂ ਜੱਜ ਨਹੀਂ ਕਰਦੀ ਐਂਡ ਐਨਾਲਾਈਜ਼ ਨਹੀਂ ਕਰ ਪਾਉਂਦੀ ਕਰ ਪਾਉਂਦੀ ਹਾਂ ਬਟ ਗੱਲ ਸਾਰਿਆਂ ਨਾਲ ਕਰ ਲੈਂਦੀ ਹਾਂ ਅਤੇ ਉਹ ਮੈਨੂੰ ਸਮਝਾਉਂਦੇ ਸਨ ਇਹਨਾਂ ਨਾਲ ਇੱਦਾਂ ਇਹਨਾਂ ਨਾਲ ਇੱਦਾਂ ਅਤੇ ਉਹ ਮੈਨੂੰ ਉਹ ਚੀਜ਼ ਬਹੁਤ ਵਧੀਆ ਲੱਗਦੀ ਸੀ ਕਿ ਉਹ ਮੈਨੂੰ ਗਾਈਡ ਕਰਦੇ ਸੀ ਐਂਡ ਉਹ ਪਤਾ ਲੱਗਦਾ ਸੀ ਕਿ ਹਾਂ ਸੱਚੀ ਗੱਲ ਸੱਚੀ ਸੀਗੀ। ਕੀ ਸ਼ਿੰਦਾ ਗਰੇਵਾਲ ਵੀ ਤੁਹਾਡੇ ਵਾਂਗ ਫੁੱਲ ਐਨਰਜੀ ਰੱਖਦਾ ਆ? ਖਾਣ ਪੀਣ ਦਾ ਸ਼ੌਕੀਨ ਆ, ਸੋਸ਼ਲ ਮੀਡੀਆ ਦੇ ਰੀਲਸ 'ਚ ਵੀ ਐਕਟਿਵ ਰਹਿੰਦਾ ਆ। ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਇੰਡਸਟਰੀ ਨੂੰ ਇੱਕ ਨਿਊ ਦਿਲਜੀਤ ਮਿਲਣਾ 100% ਨਹੀਂ ਨਿਊ ਦਿਲਜੀਤ ਕਿਉਂ ਨਿਊ ਸ਼ਿੰਦਾ ਕੋਈ ਵੀ ਚੀਜ਼ ਜਿਹੜੀ ਆ ਉਹ ਇੱਦਾਂ ਨਹੀਂ ਕਹਿਣਾ ਚਾਹੀਦਾ ਕਿ ਨਿਊ ਦਿਲਜੀਤ ਜਾਂ ਨਿਊ ਕੋਈ ਵੀ ਚੀਜ਼ ਇੱਦਾਂ ਨਹੀਂ ਕਹਿਣੀ ਚਾਹੀਦੀ। ਸ਼ਿੰਦਾ ਸ਼ਿੰਦਾ ਆ ਉਹ ਆਉਣ ਵਾਲਾ ਟਾਈਮ ਸਾਰਾ ਉਹਦਾ ਹੀ ਹੈ। ਸੋ ਆਲਰੇਡੀ ਬਹੁਤ ਪ੍ਰਿਪੇਅਰ ਆ ਜਦੋਂ ਅਸੀਂ ਮੈਨੂੰ ਲੱਗਦਾ ਅਸੀਂ ਉਹਦੀ ਉਮਰ ਦੇ ਸੀਗੇ ਤਾਂ ਨੜੀ ਪੂੰਝਣੀ ਨਹੀਂ ਸੀ ਆਉਂਦੀ ਹੈ ਨਾ। ਸੋ ਉਹ ਤਾਂ ਕਿੰਨਾ ਐਕਟਿਵ ਆ ਸੋ ਔਰ ਇੰਨਾ ਕੌਨਫੀਡੈਂਸ ਆ ਉਹਦੇ 'ਚ 100% ਉਹਨੂੰ ਜਿੱਦਾਂ ਅਮਰ ਨੇ ਕੁਛ ਵੀ ਸਮਝਾਉਣਾ ਇੱਦਾਂ ਉਹਨੇ ਕਰ ਦੇਣਾ ਐਂਡ ਹੀ ਇਜ਼ ਟੂ ਡੂ। ਤੁਸੀਂ ਦੇਖੋਗੇ ਛੋਟੇ ਛੋਟੇ ਨੁਆਂਸਸ ਉਹਨੇ ਜਿਹੜੇ ਕੀਤੇ ਆ ਬਹੁਤ ਕਮਾਲ ਦੇ ਆ। ਸੋ ਆਲਰੇਡੀ ਬਲੈਸਡ ਚਾਈਲਡ। ਤੁਸੀਂ ਦੋਨਾਂ ਨੇ ਗਿੱਪੀ ਗਰੇਵਾਲ ਨਾਲ ਵੀ ਕੰਮ ਕੀਤਾ ਆ ਤੇ ਸ਼ਿੰਦਾ ਗਰੇਵਾਲ ਨਾਲ ਵੀ, ਤੁਹਾਨੂੰ ਇਹਨਾਂ ਦੋਵਾਂ ਦੇ ਵਿੱਚ ਕਿਹੜੀ ਇੱਦਾਂ ਦੀ ਕੁਆਲਿਟੀ ਨਜ਼ਰ ਆਈ ਜਿਹੜੀ ਦੋਨਾਂ ਦੇ ਵਿੱਚ? ਕੰਮ ਬਹੁਤ ਫਾਸਟ ਕਰਦੇ ਆ ਆਈ ਥਿੰਕ। ਗਿੱਪੀ ਦੇ ਨਾਲ ਜਦੋਂ ਮੈਂ ਕੰਮ ਕੀਤਾ ਮੈਨੂੰ ਲੱਗਦਾ ਹੀ ਇਜ਼ ਵੈਰੀ ਫਾਸਟ ਅਤੇ ਸ਼ਿੰਦਾ ਵੀ ਬਹੁਤ। ਸੋ ਮੈਨੂੰ ਲੱਗਦਾ ਉਹ ਸ਼ਿੰਦੇ 'ਚ ਵੀ ਆ ਹੀ ਦੇ ਆਰ ਵੈਰੀ ਫਾਸਟ ਇਨ ਟਰਮਸ ਆਫ ਡਿਲੀਵਰਿੰਗ ਦੇ ਵਰਕ। ਗਿੱਪੀ ਭਾਅ ਜੀ ਬਹੁਤ ਉਹਨਾਂ 'ਚ ਨੋ ਡਾਊਟ ਬਹੁਤ ਸਾਰੀਆਂ ਕੁਆਲਿਟੀਜ਼ ਨੇ ਬਟ ਮੈਨੂੰ ਲੱਗਦਾ ਸ਼ਿੰਦੇ 'ਚ ਗਿੱਪੀ ਭਾਅ ਇਹਨਾਂ ਨੂੰ ਜ਼ਿਆਦਾ ਹੋਰ ਵੀ ਜ਼ਿਆਦਾ ਕੁਆਲਿਟੀਜ਼ ਨੇ। ਇਹ ਬਹੁਤ ਫਖਰ ਅਤੇ ਮਾਣ ਵਾਲੀ ਗੱਲ ਹੁੰਦੀ ਹੈ ਕਿਸੇ ਫਾਦਰ ਦੇ ਲਈ ਕਿ ਜਿਹੜਾ ਉਹਦਾ ਸਨ ਆ ਉਹਦੇ 'ਚ ਉਹਦੇ ਨਾਲੋਂ ਵੀ ਜ਼ਿਆਦਾ ਕੁਆਲਿਟੀਜ਼ ਹੋਣ ਐਂਡ ਇਹ ਫਾਦਰ ਲਈ ਲੱਕੀ ਗੱਲ ਹੁੰਦੀ ਹੈ। ਸੋ ਮੈਨੂੰ ਲੱਗਦਾ ਗਿੱਪੀ ਬਾਈ ਵੀ ਇਸ ਗੱਲ ਲਈ ਬਹੁਤ ਫਖਰ ਅਤੇ ਮਾਣ ਮਹਿਸੂਸ ਕਰਨਗੇ ਕਿ ਸ਼ਿੰਦਾ ਗਿੱਪੀ ਨਾਲੋਂ ਦੋ ਰਤੀ ਉੱਤੇ ਦੀ ਹੋਈ ਹੈ। ਦਿਲਜੀਤ ਫਿਲਮ ਦੇ ਸ਼ੂਟ ਤੋਂ ਬੱਚਾ ਸਾਂਭਣ ਦੀਆਂ ਕਿਹੜੀਆਂ ਕਿਹੜੀਆਂ ਟੈਕਨੀਕ ਸਿੱਖ ਲਈਆਂ? ਹੌਸਲਾ ਰੱਖੋ ਜੀ, ਜੋ ਤੁਸੀਂ ਕੁਛ ਵੀ ਕਰਨਾ ਲਾਈਫ 'ਚ ਨਾ ਜੀ ਹੌਸਲਾ ਰੱਖੋ। ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਿਚੁਏਸ਼ਨ ਆ ਗਈ ਤਾਂ ਤੁਸੀਂ ਹੌਸਲਾ ਰੱਖੋਗੇ ਤਾਂ ਫਿਰ ਤੁਹਾਨੂੰ ਈਜ਼ੀ ਹੋਊਗਾ, ਨਹੀਂ ਤਾਂ ਟਫ ਹੋ ਜਾਊਗਾ। ਸੋ ਹੌਸਲਾ ਰੱਖੋ, 15 ਤਰੀਕ ਨੂੰ ਆ ਰਹੀ ਥੀਏਟਰ 'ਚ, ਹੌਸਲਾ ਰੱਖ। ਸੋਨਮ ਦਿਲਜੀਤ ਇਸ ਫਿਲਮ ਦੇ ਪ੍ਰੋਡਿਊਸਰ ਵੀ ਆ ਅਤੇ ਸੈੱਟ 'ਤੇ ਇਹਨਾਂ ਨੂੰ ਕਦੇ ਤੁਸੀਂ ਬਜਟ ਦਾ ਹਿਸਾਬ ਕਰਦੇ ਦੇਖੇ? ਐਕਚੁਲੀ ਇਹ ਚੀਜ਼ ਤਾਂ ਤਾਰੀਫ ਕਰਨ ਵਾਲੀ ਆ, ਮੈਂ ਜਿੰਨੀਆਂ ਵੀ ਫਿਲਮਾਂ ਕੀਤੀਆਂ ਆ ਇਹ ਦਿਲਜੀਤ ਦੀ ਪਹਿਲੀ ਓਬਵੀਅਸਲੀ ਐਜ਼ ਅ ਪ੍ਰੋਡਿਊਸਰ ਆ ਔਰ ਮੇਰਾ ਦਿਲਜੀਤ ਥਿੰਡ ਜੀ ਦੇ ਨਾਲ ਵੀ ਪਹਿਲੀ ਵਾਰੀ ਕੰਮ ਆ। ਮੈਨੂੰ ਮੈਂ ਇੱਦਾਂ ਦਾ ਟ੍ਰੀਟਮੈਂਟ ਪੰਜਾਬੀ ਫਿਲਮ 'ਚ ਨਹੀਂ ਦੇਖਿਆ। ਸੋ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਦੇ ਵੀ ਕਿਸੇ ਚੀਜ਼ ਨੂੰ ਕੈਲਕੂਲੇਟ, ਇਨਫੈਕਟ ਕਦੇ ਕਦੇ ਮੈਨੂੰ ਲੱਗਦਾ ਸੀ ਇਹ ਇੰਨਾ ਖਰਚਾ ਵੀ ਕਰ ਰਹੇ ਆ, ਯੂ ਨੋ, ਬਿਕੋਜ਼ ਸ਼ਾਇਦ ਅਸੀਂ ਪਹਿਲਾਂ ਨਹੀਂ ਦੇਖਿਆ ਕਿਉਂਕਿ ਇੰਨੇ ਵੱਡੇ ਕਰੂ ਨੂੰ ਤੁਸੀਂ ਪਹਿਲਾਂ 14 ਡੇਜ਼ ਕੁਆਰੰਟੀਨ ਰੱਖਣਾ, ਉਦੋਂ ਪੰਜਾਬੀ ਫਿਲਮਾਂ ਹਾਲੇ ਬਾਹਰ ਸ਼ੂਟ ਸ਼ੁਰੂ ਵੀ ਨਹੀਂ ਸੀ ਹੋਏ। ਸੋ ਉਦੋਂ ਸਾਰਿਆਂ ਦੀ ਔਰ ਬਾਕੀ ਫਿਲਮਾਂ 'ਚ ਫਿਰ ਵੀ ਛੋਟਾ ਕਰੂ ਹੁੰਦਾ ਬਟ ਸਾਡੀ ਪੂਰੀ ਟੀਮ ਯੂ ਨੋ ਇੰਡੀਆ ਤੋਂ ਗਈ ਔਰ ਮਤਲਬ ਕਾਫੀ ਲੋਕਾਂ ਦਾ ਕਰੂ ਸੀ ਕੰਪੇਅਰ ਟੂ ਜਿੰਨਾ ਹੁਣ ਮੈਂ ਦੇਖਦੀ ਹਾਂ। ਸੋ ਇੰਨੇ ਲੋਕਾਂ ਨੂੰ ਹੋਟੇਲ 'ਚ ਰੱਖਣਾ ਔਰ ਯੂ ਨੋ ਫਿਰ ਵੈਦਰ ਐਂਡ ਐਵਰੀਥਿੰਗ, ਬਟ ਉਹ ਮੈਨੂੰ ਲੱਗਦਾ ਤੁਹਾਨੂੰ ਟ੍ਰੇਲਰ 'ਚ ਵੀ ਦੇਖ ਰਿਹਾ ਦ ਪ੍ਰੋਡਕਸ਼ਨ ਵੈਲਿਊ, ਮਤਲਬ ਹਰ ਚੀਜ਼ 'ਤੇ ਇੱਦਾਂ ਲੱਗਦਾ ਹੈ ਕਿ ਤੁਸੀਂ ਸਪੈਂਡ ਕੀਤਾ। ਸੋ ਮੈਂ ਐਕਚੁਅਲੀ ਕਦੇ ਕੈਲਕੂਲੇਟ ਕਰਦਿਆਂ ਨਹੀਂ ਦੇਖਿਆ ਐਂਡ ਆਈ ਯੂਸ ਟੂ ਥਿੰਕ ਕਿ ਦੇ ਆਰ ਸਪੈਂਡਿੰਗ ਸੋ ਮਚ ਮਨੀ, ਮੇਰੇ ਦਿਮਾਗ 'ਚ ਐਕਚੁਅਲੀ ਇਹ ਚੱਲਦਾ ਹੁੰਦਾ ਸੀ ਦੈਟ ਦਿਸ ਨੋ ਕੈਲਕੂਲੇਸ਼ਨ।
बच्चे बच्चे बन के सच्चे और गर्लफ्रेंड मैं बहुत सामभ्या नहीं कदे सो मैं पता नहीं मैं कदे सामभ्या नहीं किसी गर्लफ्रेंड नू सो मैं पता नहीं सो बच्चे हैं बच्चों मैं फिल्म सामभ्या वेरी टफ अमरजीत भाजी होनी तो बलजीत भाजी होना ने पता नहीं किदा शूट किया इन्ना पेशेंस रख के ईवन सिंगल सिंगल शॉट छोटे बच्चे तो तुसी एक्ट करवाना बहुत बहुत मुश्किल होंगे बट उन्होंने पेरेंट्स भी सैट पर सी कई बार बच्चा रोन लग पैंदा दैन नींद आ जाती है दैन माँ तो माँ आ वो बच्चा रोंदा देख के चाहे थोड़ा शॉट जो मर्जी है ओबवियसली है ना सो वो सारिया चीज़ा जो बहुत टफ सगिया बट लकीली टीम बहुत वधिया सी ते वाइब बहुत वधिया सी इस करके सारा कुछ शूट हो गया दैन जे कोई बच्चा रोंदा सी ते शहनाज सी साडे कोल उहनू चुप कराउण दे लई पिछली इंटरव्यू च कुछ होर क्या वा ते इत्थे तुहाडे बयान कुछ होर ने नहीं नहीं पर क्या तो तू इदे सी ना तेरे बारे तो मैं सच कह रहा हूं सरकाजम च कर रहे होगा ऑब्वियसली अच्छा एदा पुट्ठा है बेसिकली नहीं एह एक्चुअली नहीं करा कहंदी है मैं चुप करा दूंगी पर रोण लग पंदा नहीं मैं हाँ। चुप होया नहीं मैं ना एक बारी होया इदा ये कहंदी सी मैं चुप करा दूंगा इदा न्याणा नहीं होया सोनम दिलजीत इस फिल्म दे प्रोड्यूसर भी आ ते सेट ते इन्हां नूं कदे तुसीं बजट दा हिसाब करदे देखी ना वाह एक्चुअली ए चीज ता तारीफ करन वाली है मैं जिन्नियां भी फिल्मां कीतियां आ दिलजीत दी पहली ऑब्वियसली एज अ प्रोड्यूसर आ और मेरा दिलजीत थिन जी दे नाल भी पहली वारी काम आ मैनू मैं इदा दा ट्रीटमेंट पंजाबी फिल्म च नहीं देखिया सो मैनू नहीं लगता उन्होंने कदे भी किसी चीज़ नू कैलकुलेट इनफैक्ट कदे कदे मैनू लगता सी इन्ना खर्चा भी कर रहे हैं यू नो बिकॉज शायद असी पहला नहीं देखिया क्योंकि इन्ने वड्डे क्रू नू तुसी पहला 14 डेज क्वारंटीन रखना उदों पंजाबी फिल्मां हले बाहर शूट शुरू भी नहीं सी होए सो उदों सारिआं दी और बाकी फिल्मां च फिर भी छोटा क्रू हुंदा बट साडी पूरी टीम यू नो इंडिया तो गई और मतलब काफ़ी लोगों का क्रू सी कंपेयर टू जिन्ना हुण मैं देखदी हाँ सो इन्ने लोगों नू होटेल च रखना और यू नो फिर वैदर एंड एवरीथिंग बट ਉਹ ਮੈਨੂੰ ਲੱਗਦਾ ਤੁਹਾਨੂੰ ਟ੍ਰੇਲਰ 'ਚ ਵੀ ਦੇਖ ਰਿਹਾ ਦ ਪ੍ਰੋਡਕਸ਼ਨ ਵੈਲਿਊ ਮਤਲਬ ਹਰ ਚੀਜ਼ 'ਤੇ ਇੱਦਾਂ ਲੱਗਦਾ ਹੈ ਕਿ ਤੁਸੀਂ ਸਪੈਂਡ ਕੀਤਾ ਸੋ ਮੈਂ ਐਕਚੁਅਲੀ ਕਦੇ ਕੈਲਕੂਲੇਟ ਕਰਦਿਆਂ ਨਹੀਂ ਦੇਖਿਆ ਐਂਡ ਆਈ ਯੂਸ ਟੂ ਥਿੰਕ ਕਿ ਦੇ ਆਰ ਸਪੈਂਡਿੰਗ ਸੋ ਮਚ ਮਨੀ ਮੇਰੇ ਦਿਮਾਗ 'ਚ ਐਕਚੁਅਲੀ ਇਹ ਚੱਲਦਾ ਹੁੰਦਾ ਸੀ ਦੈਟ ਦਿਸ ਨੋ ਕੈਲਕੂਲੇਸ਼ਨ